ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕੀਤਾ ਸੀ ਐਲਬਰਟ ਹਾਲ ਮਿਊਜ਼ੀਅਮ ਨੂੰ, ਜਿਸ ਦੇ ਵਿੱਚ ਆਪਾਂ ਰਮਾਇਣ ਅਤੇ ਮਹਾਭਾਰਤ ਦੇ ਦ੍ਰਿਸ਼ਾਂ ਨੂੰ ਸ਼ੀਲਡ ਉੱਪਰ ਚਿੱਤਰਿਆ ਹੋਇਆ ਸੀ ਉਹ ਦੇਖਿਆ ਸੀ, ਜਲੰਧਰ ਦੇ ਬਰਤਨ ਦੇਖੇ ਸੀ ਅਤੇ 2300 ਸਾਲ ਪੁਰਾਣੀ ਇਜਿਪਟ ਤੋਂ ਲਿਆਂਦੀ ਹੋਈ ਇੱਕ ਲੇਡੀ ਦੀ ਮੰਮੀ ਨੂੰ ਆਪਾਂ ਦੇਖਿਆ ਸੀ। ਜੇਕਰ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਸਾਡੇ ਚੈਨਲ ਉੱਪਰ ਜਾ ਕੇ ਦੇਖ ਸਕਦੇ ਹੋ ਜੀ। ਇਸ ਵੀਡੀਓ ਦੇ ਵਿੱਚ ਆਪਾਂ ਭਗਵਾਨ ਵਿਸ਼ਨੂੰ ਜੀ ਅਤੇ ਉਹਨਾਂ ਦੀ ਪਤਨੀ ਦੇਵੀ ਲਕਸ਼ਮੀ ਜੀ ਨੂੰ ਸਮਰਪਿਤ 1988 ਵਿੱਚ ਬਣੇ ਹੋਏ ਬਿਰਲਾ ਮੰਦਿਰ ਦੇ ਦਰਸ਼ਨ ਕਰਾਂਗੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਬਿਰਲਾ ਮੰਦਿਰ ਦੇ ਸਾਹਮਣੇ ਜੀ ਬਹੁਤ ਹੀ ਵੱਡੀ ਫੂਡ ਕੋਰਟ ਦੀ ਮਾਰਕੀਟ ਲੱਗੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਆਪਾਂ ਐਂਟਰ ਹੋ ਚੁੱਕੇ ਹਾਂ ਜੀ ਬਿਰਲਾ ਮੰਦਿਰ ਦੇ ਅੰਦਰ। ਤੁਸੀਂ ਦੇਖ ਸਕਦੇ ਹੋ ਇੱਥੇ ਵੀ ਦੋ ਤਿੰਨ ਸ਼ੌਪਸ ਨੇ। ਇਹਨਾਂ ਸਟੇਅਰਸ ਤੋਂ ਆਪਾਂ ਚੱਲਾਂਗੇ ਬਿਰਲਾ ਮੰਦਿਰ ਦੇ ਅੰਦਰ ਨੂੰ ਜੀ। ਆਪਾਂ ਜੀ ਪੌੜੀਆਂ ਚੜ੍ਹ ਕੇ ਪਹੁੰਚ ਸਕਦੇ ਹਾਂ ਬਿਰਲਾ ਮੰਦਿਰ ਤੱਕ ਜੀ ਅਤੇ ਦਰਸ਼ਨ ਕਰ ਸਕਦੇ ਹਾਂ। ਇਹ ਬਿਰਲਾ ਮੰਦਿਰ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ। ਇਸ ਨੂੰ ਬਣਾਉਣ ਦੇ ਲਈ ਵਾਈਟ ਸੰਗਮਰਮਰ ਦਾ ਯੂਜ਼ ਕੀਤਾ ਗਿਆ। ਇਸ ਬਿਰਲਾ ਮੰਦਿਰ ਨੂੰ ਲਕਸ਼ਮੀ ਨਾਰਾਇਣ ਜੀ ਦਾ ਮੰਦਿਰ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਹਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਆਓ ਜੀ ਹੁਣ ਆਪਾਂ ਚੱਲਦੇ ਹਾਂ ਇਸ ਬਿਰਲਾ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਆਓ ਚੱਲੀਏ ਜੀ। ਸਾਹਮਣੇ ਤੁਸੀਂ ਦੇਖ ਸਕਦੇ ਹਾਂ ਜੀ ਬਿਰਲਾ ਮੰਦਿਰ। ਮੰਦਿਰ ਨੂੰ ਅੰਦਰ ਜਾਣ ਦਾ ਰਸਤਾ ਇਸ ਸਾਈਡ ਹੈ ਜੀ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਭਗਵਾਨ ਸ਼ਿਵ ਜੀ ਦੀ ਮੂਰਤੀ ਲਗਾਈ ਗਈ ਹੈ ਜੀ ਸੰਗਮਰਮਰ ਦੀ ਬਿਰਲਾ ਮੰਦਿਰ ਦੇ ਸਾਹਮਣੇ ਜੀ। ਆਓ ਚੱਲੀਏ ਜੀ ਹੁਣ ਆਪਾਂ ਬਿਰਲਾ ਮੰਦਿਰ ਦੇ ਅੰਦਰ ਤੋਂ ਦਰਸ਼ਨ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਬਿਰਲਾ ਮੰਦਿਰ ਦੇ ਸਾਹਮਣੇ ਬਹੁਤ ਹੀ ਵੱਡਾ ਅਤੇ ਸੁੰਦਰ ਗਾਰਡਨ ਬਣਿਆ ਹੋਇਆ ਜੀ। ਬਿਰਲਾ ਮੰਦਿਰ ਦੀ ਸਟਰਕਚਰ ਨੂੰ ਧਿਆਨ ਨਾਲ ਦੇਖੀਏ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਜੀ ਉੱਪਰੋਂ ਆਪਾਂ ਸਿਰ ਦੇਖ ਸਕਦੇ ਹਾਂ। ਇੱਕ ਦੋ ਤਿੰਨ ਚਾਰ ਸਿਰ ਲੱਗੇ ਹੋਏ ਨੇ ਜੀ ਇਸ ਸਥਾਨ ਦੇ ਉੱਪਰ ਇਸ ਬਿਰਲਾ ਮੰਦਿਰ ਦੇ ਵਿੱਚ ਹੀ। ਇੱਥੇ ਆਪਾਂ ਆਪਣੇ ਸ਼ੂਜ਼ ਉਤਾਰਨੇ ਹੁੰਦੇ ਨੇ। ਇਸ ਜਗ੍ਹਾ ਹੋ ਰਹੀ ਹੈ ਜੀ ਸਿਕਿਉਰਿਟੀ ਚੈਕਿੰਗ। ਆਪਾਂ ਸਭ ਨੇ ਜੀ ਦਰਸ਼ਨ ਕਰ ਲਏ ਹਨ ਮੰਦਿਰ ਦੇ ਅੰਦਰੋਂ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਤੁਸੀਂ ਇੱਧਰੋਂ ਸਿਟੀ ਦਾ ਵਿਊ ਦੇਖ ਸਕਦੇ ਹੋ। ਸੰਗਮਰਮਰ ਦਾ ਇਹ ਬਿਰਲਾ ਮੰਦਿਰ ਬਣਿਆ ਹੋਇਆ ਜੀ
ਬਹੁਤ ਸੋਹਣਾ ਮੰਦਿਰ ਇਹ, ਤੁਸੀਂ ਦੇਖ ਸਕਦੇ ਹੋ। ਪੌਣੇ 6 ਵਜੇ ਜੀ ਮੰਦਿਰ ਦੇ ਕਪਾਟ ਬੰਦ ਹੋ ਜਾਂਦੇ ਨੇ ਜੀ, ਜਦੋਂ ਵੀ ਸਨਸੈਟ ਹੋ ਜਾਂਦਾ ਮੰਦਿਰ ਦੇ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ ਜੀ। ਸਿਟੀ ਦੇ ਨਾਲ ਪੂਰਾ ਕਨੈਕਟਡ ਹੈ ਜੀ ਇਹ ਮੰਦਿਰ, ਤੇ ਤੁਸੀਂ ਸਾਹਮਣੇ ਰੋਡ ਦੇਖ ਸਕਦੇ ਹੋ, ਮੇਨ ਰੋਡ ਦੇ ਨਾਲ ਇਹ ਮੰਦਿਰ ਕਨੈਕਟਡ ਹੈ ਜੀ। ਬਿਰਲਾ ਮੰਦਿਰ ਵਿੱਚ ਜਦੋਂ ਵੀ ਆਪਾਂ ਦਰਸ਼ਨ ਕਰਨ ਲਈ ਆਈਏ ਤਾਂ ਪੁਰਾਣਾ ਪੰਡਿਤ ਜੀ ਪਾਓ ਭਾਜੀ ਤੁਸੀਂ ਦੇਖ ਸਕਦੇ ਹੋ, ਇਹਨਾਂ ਤੋਂ ਤੁਸੀਂ ਪਾਓ ਭਾਜੀ ਜ਼ਰੂਰ ਖਾਇਓ ਜੀ, ਇਹਨਾਂ ਦੀ ਸ਼ੋਪ ਹੈ ਜੀ। ਆਪਾਂ ਸਭ ਨੇ ਜੀ ਮਿਲ ਕੇ ਬਿਰਲਾ ਮੰਦਿਰ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਸਬਸਕ੍ਰਾਈਬ ਕਰ ਦਿਓ, ਆਪਾਂ ਬੈਲ ਆਈਕਨ ਜ਼ਰੂਰ ਦਬਾ ਦਿਓ, ਤੇ ਕਮੈਂਟ ਵਿੱਚ ਜੇਕਰ ਤੁਹਾਡਾ ਕੋਈ ਕੁਐਸਚਨ ਹੈ ਕੋਈ ਸੁਜੈਸ਼ਨ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਹੁਣ ਆਪਾਂ ਮਿਲਾਂਗੇ ਜੈਪੁਰ ਦੀ ਨਵੀਂ ਡੈਸਟੀਨੇਸ਼ਨ ਤੇ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਜੀ ਬਾਏ। ਹੁਣ ਆਪਾਂ ਖਾਣ ਪਹੁੰਚੇ ਹਾਂ ਜੀ ਰਾਵਤ ਮਿਸ਼ਠਾਨ ਭੰਡਾਰ ਵਿੱਚ ਘੇਵਰ, ਜੋ ਕਿ ਜੈਪੁਰ ਸਿਟੀ ਦੇ ਵਿੱਚ ਫੇਮਸ ਹੈ ਜੀ। ਅੱਜ ਆਪਾਂ ਵੀ ਟਰਾਈ ਕਰਾਂਗੇ ਇੱਥੋਂ ਦਾ ਰਾਵਤ ਮਿਸ਼ਠਾਨ ਭੰਡਾਰ ਦਾ ਘੇਵਰ। ਸਿੰਧੀ ਕੈਂਪ ਦੇ ਕੋਲ ਹੈ ਜੀ ਇਹ ਰਾਵਤ ਮਿਸ਼ਠਾਨ ਭੰਡਾਰ। ਆਓ ਜੀ ਆਪਾਂ ਵੀ ਆਰਡਰ ਕਰਦੇ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ਜੀ ਘੇਵਰ ਪਿਆ ਤੇ ਆਪਾਂ ਵੀ ਖਾਂਦੇ ਹਾਂ, ਸਾਹਮਣੇ ਤੁਸੀਂ ਦੇਖ ਸਕਦੇ ਹੋ ਘੇਵਰ, ਜੋ ਕਿ ਪੂਰੇ ਜੈਪੁਰ ਦੇ ਵਿੱਚ ਫੇਮਸ ਹੈ ਜੀ। ਆਪਾਂ ਹੁਣ ਇਹਨੂੰ ਟੇਸਟ ਕਰਦੇ ਹਾਂ। ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਜੈਪੁਰ ਦੀ ਇੱਕ ਹੋਰ ਫੇਮਸ ਡੈਸਟੀਨੇਸ਼ਨ ਜਿਸ ਦਾ ਨਾਮ ਹੈ ਚੌਕੀ ਧਾਨੀ ਨੂੰ ਵਿਜ਼ਿਟ ਕਰਾਂਗੇ। ਇਸ ਲਈ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਵੀ ਬਣੇ ਰਹੋ ਜੀ।